ਇਹ ਕਦੇ ਵੱਡਾ ਹਮਲਾ ਕਰ ਸਕਦੀ ਹੈ ਆਪਣੀ ਜਵਾਨ ਦੇ ਵਿੱਚੋਂ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਦਾ ਮੈਨੂੰ ਲੱਗਦਾ ਜੀ ਇਹ ਕਰੋ ਲੱਗ ਪਈ ਪ੍ਰੋਬਲਮ ਕੁਝ ਨਹੀਂ ਹੋਇਆ ਅਗਰ ਜੇ ਕੋਈ ਆਊਗੇ ਅਸੀਂ ਬੈਠ ਕੇ ਵਿਚਾਰਾਂਗੇ ਅੱਜ ਦੀ ਮੀਟਿੰਗ ਹੋ ਰਹੀ ਹੈ 15 ਅਗਸਤ ਦੀ ਉਸ ਤੋਂ ਬਾਅਦ ਵੀ ਮੀਟਿੰਗਾਂ ਕਰਾਂਗੇ ਸਾਨੂੰ ਲੱਗਦਾ ਕਿਸੇ ਦੀ ਪ੍ਰੋਬਲਮ ਆਈ ਅਸੀਂ ਬੈਠ ਕੇ ਹੱਲ ਕਰਾਂਗੇ ਕਿਸੇ ਪ੍ਰੋਬਲਮ ਨਹੀਂ ਆਉਂਦਾ ਸਰ ਇੱਕ ਸਵਾਲ ਹੈ ਜੀ ਕਿ ਅਕਸਰ 2017 ਦੇ ਇਲੈਕਸ਼ਨ 'ਚ ਦੇਖਿਆ ਗਿਆ ਕਿ ਕਲਾਕਾਰਾਂ ਨੂੰ ਮੈਂ ਕਹਿੰਦਾ ਕਿ ਰਾਜਨੀਤਿਕ ਬੰਗਾਰ ਹੀ ਹੁੰਦੀ ਹੈ ਕਿ ਜਿਹੜੀ ਉਹ ਭੁਗਤਦੇ ਨੇ ਇਲੈਕਸ਼ਨ 'ਚ ਜਾ ਕੇ 2022 ਦੇ ਇਲੈਕਸ਼ਨ ਆਉਣ ਵਾਲੇ ਨੇ ਰਾਜਨੀਤਿਕ ਪਾਰਟੀਆਂ ਦੁਆਰਾ ਕਹਿੰਦੀਆਂ ਕਿ ਮੇਰੇ ਲਈ ਆ ਕੇ ਪ੍ਰਚਾਰ ਕਰ ਕੀ ਕਲਾਕਾਰ 2022 ਦੇ ਇਲੈਕਸ਼ਨ 'ਚ ਪਹੁੰਚਣਗੇ ਕਿ ਨਹੀਂ ਪਹਿਲਾ ਸਵਾਲ ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ ਤਾਂ ਬੀਜੇਪੀ ਦੇ ਘਰਾਂ ਦੇ ਅੱਗੇ ਕਲਾਕਾਰਾਂ ਨੂੰ ਅਸੀਂ ਦੇਖ ਚੁੱਕੇ ਹਾਂ ਤਾਂ ਕੀ ਕਲਾਕਾਰ ਕੱਲ੍ਹ ਨੂੰ ਜੇ ਮੁੱਖ ਮੰਤਰੀ ਦੀ ਗੁੱਟੀ ਘੇਰਨੀ ਪੈਂਦੀ ਹੈ ਜਾਂ ਕਾਂਗਰਸੀ ਲੀਡਰਾਂ ਦੇ ਘਰ ਘੇਰਨੀ ਪੈਂਦੀ ਹੈ ਤਾਂ ਉਹਦੇ ਲਈ ਤਿਆਰ ਨੇ ਇੱਥੇ ਤੱਕ ਵੀ ਜਾਣਾ ਪਿਆ ਕਿਉਂਕਿ ਜੇ ਅਸੀਂ ਘਰੋਂ ਨਿਕਲੇ ਹਾਂ ਤਾਂ ਇਹ ਕਹਿ ਕੇ ਨਿਕਲੇ ਹਾਂ ਵੀ ਹੁਣੇ ਲੜਾਈ ਸਾਡੀ ਮੁਲਕ ਦੀ ਹੈ ਸਾਡੀਆਂ ਆਟੋ ਦੀਆਂ ਫਸਲਾਂ ਦੀ ਹੈ ਸਾਡੇ ਪੰਜਾਬ ਦੀ ਹੈ ਤਾਂ ਪੰਜਾਬ ਲਈ ਕੁਛ ਵੀ ਕੰਮ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ ਦੂਸਰਾ ਸਵਾਲ ਜੋ 2022 ਦੇ ਇਲੈਕਸ਼ਨ ਨੂੰ ਲੈ ਕੇ ਸੀਗੀ ਕਿਤੇ ਨਾ ਕਿਤੇ ਅੱਜ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਾਂ ਕਿ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ ਤਾਂ ਆਉਣ ਵਾਲੇ ਇਲੈਕਸ਼ਨ ਦੇ ਟਾਈਮ 'ਚ ਕੋਈ ਕਲਾਕਾਰ ਰਾਜਨੀਤਿਕ ਪਾਰਟੀਆਂ ਨਾਲ ਖੜਾ ਤਾਂ ਨਹੀਂ ਨਜ਼ਰ ਆਇਆ ਦੇਖੋ ਮੈਂ ਉੱਥੇ ਆਪਦਾ ਪੱਖ ਕਲੀਅਰ ਕਰ ਦੂੰਗਾ ਕਿ ਮੈਂ ਕਦੇ ਵੀ ਕਿਸੇ ਨਹੀਂ ਮੈਂ ਕਲਾਕਾਰਾਂ ਦਾ ਪੱਖ ਜਾਣਨਾ ਚਾਹੁੰਦਾ ਮੈਂ ਜੱਸ ਬਾਜਵਾ ਮਿਲ ਉੱਥੇ ਭਾਈ ਜੀ ਅੱਜ ਜਿੰਨੇ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੁੰਦੇ ਨੇ ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਛ ਕਹਿ ਸਕਦਾ ਵੀ ਕੋਈ ਜਾਣਗੇ ਕਾਹੂ ਕੋਈ ਚਲੇ ਜਾਵੇ ਤਾਂ ਤੁਸੀਂ ਮੈਨੂੰ ਸਵਾਲ ਕਰੋ ਮੈਂ ਆਪਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਣਾ ਦੇਖੋ ਜੀ ਇੱਕ ਮਿੰਟ ਲੈਣਾ ਮੈਂ ਸਿੱਧੂ ਵਾਲਾ ਸਵਾਲ ਆਇਆ ਤੁਸੀਂ ਕੀਤਾ ਪ੍ਰੈਸ ਵਾਲਿਆਂ ਨੇ ਅਸੀਂ ਬਹੁਤ ਗੰਭੀਰਤਾ ਨਾਲ ਜਿਹੜੀ ਪਹਿਲਾਂ ਮੀਟਿੰਗ ਹੋਈ ਆ ਸਾਡੀ ਉਹਦੇ ਵਿੱਚ ਅਸੀਂ ਇਹ ਵਿਚਾਰਿਆ ਜੋ ਦੀਪ ਸਿੱਧੂ ਨੇ ਵੱਖਰੇ ਤੌਰ 'ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ ਧਰਨਾ ਲਾਇਆ ਕੱਲਾ ਧਰਨੇ ਨਹੀਂ ਲਾਇਆ ਉਹਨੇ ਕਿਸਾਨ ਲੀਡਰਸ਼ਿਪ 'ਤੇ ਬਹੁਤ ਗਾਇਮ ਗੰਭੀਰ ਸਵਾਲ ਕੀਤੇ ਹੈ ਵੀ ਤੁਸੀਂ ਗੁਪਤ ਮੀਟਿੰਗਾਂ ਕਰਦੇ ਹੋ ਤੁਸੀਂ ਸਮਝੌਤਾ ਕਰ ਅੰਦਰ ਖਾਤੇ ਸਮਝੌਤੇ ਕਰਦੇ ਹੋ ਤੁਸੀਂ ਇਕੱਲੇ ਐਮ ਐਸ ਪੀ 'ਤੇ ਖੜ੍ਹੇ ਹੋ ਇਸ ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ ਇਹਨਾਂ ਇਹ ਗੱਲਾਂ ਦੀ ਬੇਨਤੀ ਕੀਤੀ ਹੈ ਸਾਰੀ ਮੀਟਿੰਗ ਨੇ ਸਾਡੀ ਨੇ ਅਤੇ ਕਿਹਾ ਵੀ ਅਸਲ ਵਿੱਚ ਵੀ ਉਹਨਾਂ ਜਿਹੜਾ ਪਹਿਲਾਂ ਉਹਨੇ ਕਮਿਟਮੈਂਟ ਕੀਤੀ ਸੀ ਪਹਿਲੀ ਮੀਟਿੰਗ ਵੇਲੇ ਉਹ ਆਪਦੀ ਕਮਿਟਮੈਂਟ 'ਤੇ ਨਹੀਂ ਰਿਹਾ ਅਸੀਂ ਉਹਦੀ ਨਿਖੇਧੀ ਕੀਤੀ ਆ ਮਤਾ ਪਾਇਆ ਪਰ ਜਿਹੜੇ ਦੂਸਰੇ ਆਹ ਸਾਰੇ ਗੀਤਕਾਰ ਬੈਠੇ ਨੇ ਉਹਨਾਂ ਦਾ ਗੀਤਕਾਰ ਦਾ ਭਾਈਚਾਰਾ ਬੈਠਾ ਮੇਰੇ ਲਾਗੂ ਬੈਠੇ ਨੇ ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ ਉਹਦੇ ਨਾਲ ਤੋੜ ਨਿਖੇੜਾ ਕੀਤਾ ਸੋ ਜੋ ਇਹਨਾਂ ਨੇ ਸਾਡਾ ਪਰਨ ਨਿਭਾਇਆ ਤਾਂ ਕੱਲ੍ਹ ਨੂੰ ਜੇ ਇਹਨਾਂ 'ਤੇ ਜਦੋਂ ਇਹ ਸਾਡੇ ਵਰਗੇ ਤਿੱਖੇ ਐਕਸ਼ਨਾਂ ਦੇ ਵਿੱਚ ਸਰਕਾਰ ਦੇ ਨਾਲ ਆਉਣਗੇ ਤਾਂ ਪੁਲਿਸ ਵੀ ਪ੍ਰਸ਼ਾਸਨ ਵੀ ਸਰਕਾਰ ਵੀ ਇਹਨਾਂ 'ਤੇ ਬਦਲੇ ਦੀ ਭਾਵਨਾ ਵਾਲੀ ਕੋਈ ਕਾਰਵਾਈ ਕਰ ਸਕਦੀ ਅਤੇ ਅਸੀਂ ਖੜਾਂਗੇ ਜੇ ਇਹਨਾਂ ਦੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਹੋਊਗੀ ਉਹ ਸਾਡੇ ਖਿਲਾਫ਼ ਹੋਊਗੀ ਕਿਸਾਨ ਜਥੇਬੰਦੀ ਕਹਿੰਦੇ ਡਟ ਕੇ ਖੜੀ ਕਰਦੇ ਅਗਲਾ ਸਵਾਲ ਜਿਹੜਾ ਤੁਸੀਂ ਇਲੈਕਸ਼ਨ ਵਾਲਾ 2022 ਵਾਲਾ ਕਰ ਰਹੇ ਹੋ ਮੇਰਾ ਖਿਆਲ ਜਿੰਨੇ ਕਲਾਕਾਰ ਸਾਡੇ ਬੇਟੇ ਆ ਸਾਡੇ ਧੀਆਂ ਪੁੱਤ ਆਏ ਆ ਉਹ ਸਾਡੀ ਐਜੀਟੇਸ਼ਨ ਦੀ ਸਪੋਰਟ 'ਤੇ ਆਇਆ ਨਾ ਅੱਗੇ ਕਿਸੇ ਪਾਰਟੀ ਜਦੋਂ ਗੁਰਪ੍ਰੀਤ ਜੀਪੀ ਨੇ ਟਰੈਕਟਰ ਰੈਲੀ ਕੱਢੀ ਸੀ ਕਾਂਗਰਸ ਦੇ ਐਮਐਲਏ ਹੈਗੇ ਨੇ ਅਸੀਂ ਇੱਕ ਜੱਥੇ ਵੰਗਲਾ ਇਹ ਇਕੱਲੇ ਇਕੱਲੇ ਵਿਅਕਤੀ ਹੈ ਜਿਹੜੇ ਠੀਕਾ ਦੇ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਇਹਨਾਂ ਦਾ ਘੋੜ ਦਾ ਤਜਰਬਾ ਨਹੀਂ ਹੈ ਇਹਨਾਂ ਦਾ ਗਾਉਣ ਦਾ ਤਜਰਬਾ ਇਹਨਾਂ ਦੀ ਤਰ੍ਹਾਂ ਕਰੀ ਦਾ ਇਸ ਕਰਕੇ ਇਹਨਾਂ ਨੇ ਅੱਜ ਫਿਰ ਰੱਖਿਆ ਕਿ ਦੋ ਮਹੀਨੇ ਸਾਡੇ ਸਾਡੇ ਨਾਲ ਗੱਲਬਾਤ ਅਸੀਂ ਕਿਹਦੇ ਨਾਲ ਕਰੀਏ ਠੀਕ ਹੈ ਇਹਨਾਂ ਦੀ ਗੱਲ ਸਾਡੇ ਤੋਂ ਕਿਹਦੇ ਨਾਲ ਕਰਨੇ ਨਾ ਤੁਸੀਂ ਕਿਹਦੇ ਨਾਲ ਕਰੀਏ ਤਾਲਮੇਲ ਕਿਵੇਂ ਬਹਾਈਏ ਉਹ ਤਾਲਮੇਲ ਕਰਨ ਦੇ ਲਈ
ਦੋ ਐਮਐਲਏ ਦਾ ਕਮੇਟੀ ਆ ਸੀ 15 ਦੀ ਮੇਰੇ ਕੋਲ ਕਮੇਟੀ ਉਹਨੂੰ ਵਿਚਾਰ ਕੇ ਅਗਲਾ ਫੈਸਲਾ ਫਿਲਹਾਲ ਇੱਕ ਹਫ਼ਤਾ ਇਹਨੂੰ ਪੰਜਾਬੀ ਕਿੰਨਾ ਸਾਡਾ ਟੱਕਰ ਦਿੰਦਾ ਹੈ ਕਿੰਨਾ ਕਿਸਾਨ ਜੋ ਸਾਨੂੰ ਦਿੰਦੇ ਆ ਇੱਕ ਅਸੀਂ ਤਜਰਬਾ ਕਰ ਰਹੇ ਹਾਂ ਉਸ ਦੇ ਬਾਅਦ ਉਹਨੂੰ ਬਾਅਦ ਆਪਣੇ ਬਾਜਵਾ ਜੀ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਨੇ ਸਵਾਲ ਪੁੱਛਿਆ ਸੀ ਸਿਆਸੀ ਪਾਰਟੀਆਂ ਦਾ ਜਿਹੜਾ ਹੈਗਾ ਨਹੀਂ ਦਿੱਤਾ ਜਾਊਗਾ ਤੁਹਾਡੀ ਗੱਲ ਕਰੀਏ ਤਾਂ ਗੁਰਪ੍ਰੀਤ ਜੀਪੀ ਜਿਹੜੇ ਐਮਐਲਏ ਹੈਗੇ ਉਹਨਾਂ ਦਾ ਤੁਸੀਂ ਦਿਨਾਂ ਦੇ ਵਿੱਚ ਕੀ ਐਵੇਂ ਦੇਖਿਆ ਜਾ ਸਕਦਾ ਕਿ ਤੁਸੀਂ ਉਹਨਾਂ ਦੇ ਨਾਲ ਫਿਰ ਤੋਂ ਕੋਈ ਟਰੈਕਟਰ ਰੈਲੀ ਦੇ ਵਿੱਚ ਸ਼ਾਮਲ ਹੋਵੋ ਜਾਵਾਂਗੇ ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨੀ ਕਹਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਆਹ ਪੁਰਾਣੀ ਪਾਰਟੀ ਨੇ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਪਹਿਲੀ ਗੱਲ ਆ ਮੈਂ ਤਾਂ ਬਿਲਕੁਲ ਨੀ ਕਹੂੰਗਾ ਦੂਜੀ ਗੱਲ ਇਹ ਆ ਵੀ ਜਿਹੜੀ ਪਹਿਲੀ ਕਾਂਗਰਸ ਦੀ ਰੈਲੀ ਵਾਲੀ ਤੁਸੀਂ ਗੱਲ ਕੀਤੀ ਹੈ ਉਦੋਂ ਤੱਕ ਅਸੀਂ ਪ੍ਰੋਪਰ ਤੌਰ 'ਤੇ ਸਾਡੀ ਇੰਡਸਟਰੀ ਨੇ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ ਸੀਗਾ ਹੁਣ ਅਸੀਂ ਜਥੇਬੰਦੀਆਂ ਨੂੰ ਜਿਸ ਦਿਨ ਦਾ ਸਮਰਥਨ ਦਿੱਤਾ ਉਦੋਂ ਤੱਕ ਹੁਣ ਅੱਗੇ ਵੀ 15 ਤਰੀਕ ਤੱਕ ਸਾਡੀ ਸਾਰਿਆਂ ਨੇ ਜਿਹੜੀ ਰੈਕ ਕੀਤੀ ਹੈ ਜਥੇਬੰਦੀਆਂ ਨੇ ਜਿਹੜੀ ਕੌਲ ਦਿੱਤੀ ਹੈ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਖੜਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸ ਦੀ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ ਜੇਕਰ ਇਸ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ